ਆ ਭਾਈ ਜਾਨ ਇਹ ਜੇ ਪੱਠੇ ਨੇ ਜਿਹੜੀਆਂ ਖਾਂਦੀਆਂ ਨੇ ਐਵੇਂ ਨਾ ਛੇਲ ਜੀ ਬਿਲਕੁਲ ਹੈ ਇਹ ਜੀ ਮੱਝ ਨੂੰ ਅਗਰ ਵੰਡ ਛਾਂਡ ਹੋਵੇ ਤਾਂ ਇਨਸ਼ਾਅੱਲਾ ਤਾਲਾ ਜ਼ਾਕਰ ਕਿੰਨਾ ਦੁੱਧ ਕਰੇਗੀ ਜ਼ਾਕਰ ਕਿੰਨਾ ਦੁੱਧ ਕਰਦੀ ਰਹੀ ਪਿਛਲੇ ਸੂਬੇ ਪਿਛਲੇ ਸੂਬੇ ਭਾਈ ਜਾਨ 24-25 ਕਿਲੋ ਕਰਦੀ ਰਹੀ ਨਹੀਂ 24-25 ਤਾਂ ਨਹੀਂ 20-22 ਫੇਰ ਹੋਵੇਗਾ ਹਾਂ 20-22 ਲਾ ਲਾ ਹੋਰ ਦੱਸ ਕੀ ਕੱਟੀ ਦਿੱਤੀ ਸੀ ਹਾਂਜੀ ਕੱਟੀ ਚੂਣ ਚੂਣ ਚੰਗਾ ਹੈ ਮਾਸ਼ਾਅੱਲਾ ਜੀ ਚਵਾ ਜਦੋਂ ਤੁਸੀਂ ਆਪ ਖੁਦ ਚੋ ਕੇ ਵੇਖ ਲੈਣਾ ਹੁਣ ਸੂਈ ਹੋਈ ਹੈ ਅੱਛਾ ਆਪ ਮੈਂ ਖੁਦ ਚਵਾਈ ਕਰ ਲਵਾਂ ਖੁਦ ਚਵਾਈ ਕਰ ਲਿਆ ਜੀ ਕਿੰਨਵਾ ਸੂਆ ਸੂਈ ਹੈ ਤੀਸਰਾ ਵਾਰਾ ਸੂਈ ਭਾਈ ਜਾਨ ਤੀਸਰਾ ਹੁਣ ਸੂਈ ਹੈ ਭਾਈ ਸਾਕਬ ਅੱਛਾ ਜੀ ਭਾਈ ਜਾਨ ਇਹ ਕੱਟੀ ਹਾਂਜੀ ਕੱਟੀ ਕੱਟੀ ਨੂੰ ਮਾੜਾ ਚੈੱਕ ਕਰਾਂ ਮੈਨੂੰ ਪਿੱਛੋਂ ਦੇਖੋ ਜੀ ਕੱਟੀ ਹੈ ਇਹ ਕੱਟੀ ਜੀ ਮਾਸ਼ਾਅੱਲਾ ਕੱਟੀ ਬੜੀ ਬਹੁਤ ਤਗੜੀ ਵੱਡੀ ਕੱਟੀ ਹੈ ਕਿਵੇਂ ਨਾ ਹਾਂਜੀ ਹਾਂਜੀ ਵੇਖੋ ਤੁਸੀਂ ਮਾਸ਼ਾਅੱਲਾ ਬਹੁਤ ਵੱਡੀ ਕੱਟੀ ਹੈ ਉੱਠ ਖੜੋ ਤੇਰੇ ਜਿੱਡੀ ਤਾਂ ਕੱਟੀ ਹੈ ਮਾਸ਼ਾਅੱਲਾ 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 ਜੀ ਤੁਸੀਂ ਆਪ ਵੇਖਣਾ ਜਿਵੇਂ ਵਲੈਤਣਾ ਗਾਵਾਂ ਨਹੀਂ ਨੇ ਉਸ ਤਰ੍ਹਾਂ ਮਾਸ਼ਾਅੱਲਾ ਲਿਬਾਸ ਤਿਆਰ ਕੀਤਾ ਸੋ ਬਿਲਕੁਲ ਧੁੰਨੀ ਤੋਂ ਲੈ ਕੇ ਸਾਰ ਦੀ ਕਰੇ ਅਤੇ ਬੜੀ ਕਮਾਲ ਦੀ ਝੋਟੀ ਹੈ ਜੀ ਨੀਲੀ ਦੀ ਬਿਲਕੁਲ ਥਣ ਬੜਾ ਸੋਹਣਾ ਵਿਰਲਾਂ ਬੜੀਆਂ ਸੋਹਣੀਆਂ ਨੇ ਜੀ ਮਾਸ਼ਾਅੱਲਾ ਬਾਕੀ ਦੁੱਧ ਹੈਗਾ ਨਸੀਬਾਂ ਦਾ ਜਿਹਨੇ ਲੈਣਾ ਉਹਦੇ ਨਸੀਬਾਂ ਦਾ ਇਹ ਗੱਡੀ 'ਚ ਚੰਗਾ ਪੁੱਠਾ ਸੋਹਣਾ ਮਾਸ਼ਾਅੱਲਾ ਲਿਬਾਸ ਤਿਆਰ ਕੀਤਾ ਚੰਗੀ ਫੱਬ ਕੇ ਝੋਟੀ ਸੂਈ ਹੈ ਜੀ ਅੱਖਾਂ ਸਫੈਦ ਨੇ ਜਿਵੇਂ ਬਲਬ ਤਰ੍ਹਾਂ ਮੱਚਦੀਆਂ ਨੇ ਬਕਾਇਆ ਚਵਾਈ ਛੁਆਈ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ ਕਿ ਜੀ ਇਹ ਕੱਟੀ ਹੈ ਨਾ ਚੱਕੀ ਪਿੱਛੋਂ ਪੁੱਛਣ ਚੱਕੀ ਕੱਟੀ ਵੀ ਮਾਸ਼ਾਅੱਲਾ ਮਾਂ ਤਰ੍ਹਾਂ ਬੜੀ ਬਹੁਤ ਹਾਈਟ ਹੈ ਲੰਮੀ ਬੜੀ ਬਹੁਤ ਜ਼ਿਆਦਾ ਕਿੰਨੀ ਕੁ ਦੇਰ ਹੋ ਗਈ ਬੱਚਾ ਡਿਲੀਵਰ ਕੀਤੇ ਨੂੰ ਭਾਈ ਹਾਲੇ ਗਏ ਆ 2 ਘੰਟੇ ਹੋਏ ਨੇ ਜੇਰ ਪਈ ਅੱਧਾ ਘੰਟਾ ਹੋਇਆ ਮਤਾਂ ਜੇਰ ਜੂਰ ਬਿਲਕੁਲ ਕਲੀਅਰ ਭਾਈ ਸਾਫ ਅੱਛਾ ਜੇਰ ਸ਼ੇਰ ਕਲੀਅਰ ਪਾ ਲਈ ਮਾਸ਼ਾਅੱਲਾ ਜੀ ਹਾਂਜੀ ਹਾਂਜੀ ਜੇਰ ਹਾਂਜੀ ਕਲੀਅਰ ਪੈ ਗਈ ਹੈ ਮਾਸ਼ਾਅੱਲਾ ਲਾਮ ਬੜੀ ਮੱਝ ਦੀ ਵੀ ਮਿੱਠੀ ਹੈ ਲੰਮੀ ਮਿੱਠੀ ਬਿਲਕੁਲ ਜੀ ਵੀ ਜ਼ਿਆਦਾ ਪੀਰੀਅਡ ਲੰਮਾ ਦੁੱਧ ਦਿੰਦੀ ਹੈ ਬੜਾ ਦੁੱਧ ਦੇਵੇਗੀ ਇਨਸ਼ਾਅੱਲਾ ਤਾਲਾ ਚਲੋ ਅੱਲਾ ਖੈਰ ਕਰੇ ਇਨਸ਼ਾਅੱਲਾ ਬੜੀ ਲਾਮ ਹੈ ਮੱਝ ਦੀ ਦੁੱਧ ਦੀ ਲਾਮ ਬੜੀ ਹੈ ਉਵੇਂ ਵੀ ਚੰਗੀ ਲੰਮੀ ਝੋਟੀ ਮਾਸ਼ਾਅੱਲਾ ਬੱਗੀ ਮੋਛੇ ਮਾਸ਼ਾਅੱਲਾ ਠੀਕ ਹੋ ਗਿਆ ਜ਼ਾਕਰ ਭਾਈ ਆਪਾਂ ਕਰੀਏ ਚਵਾਈ ਜਾਂਦੀ ਹੈ ਨਹੀਂ ਮੂੰਹ ਦੀ ਫੜ ਕੇ ਚੈੱਕ ਕਰਾ ਦਿਓ ਕੋਈ ਮੂੰਹ ਵੀ ਅੱਛਾ ਸੀਲ ਹੈ ਮੂੰਹ ਦੀ ਅਸੀਲ ਹੈ ਜੀ ਮੂੰਹ ਦੀ ਬਿਲਕੁਲ ਠੀਕ ਹੋ ਗਿਆ ਨਹੀਂ ਨਹੀਂ ਕੋਈ ਨਹੀਂ